हाँ जी वीर जी सत श्री अकाल। अमेरिका जाण वास्ते असीं 33-33 लाख रुपये च गल कीती सी। 20 जाणे से असीं रह गए, 5-6 जाणे कुछ तां बेचारे जंगलां च रह गए। बुरा हाल जे सानू इहनां कहा सी असीं मैक्सीको तुहानूं फ्लैटरां ही पहुंचावांगे, जंगलां च लई फिरदे। सानू तां इह वी नहीं पता किहड़े जंगल आ, किधर दे किधर। अज 10-10 दिन हो गए, रोटी पानी तो बड़ा मंदा हाल आ। दुबारा भी मैं तां भुल के कहिंदा कि इत्थे रुखी मसी खा लिओ, अमेरिका अमूरका जाण वाला सुपने ना लो, जाणा तां 1 नंबर दे विच जाओ, आइलेट्स वगैरा करके जंगलां जुंगलां वेचदी ना जाओ, साडे वांगू मरे मुरे जाओ जी। ਬੜਾ ਮੰਦਾ ਹਾਲ ਜੀ, ਅਸੀਂ ਤਾਂ ਕੰਨਾਂ ਨੂੰ ਹੱਥ ਲਾਉਣੇ ਇਸ ਚੀਜ਼ 'ਚ ਦੁਬਾਰਾ ਨਾ ਪਿਓ ਜੀ। ਕਿੰਨੇ ਜਾਣੇ ਸੀ ਆਪਾਂ ਵੀਰੇ, ਦੱਸੋ ਮਾੜਾ ਜਿਹਾ। ਵੀਰੇ ਘੱਟੋ ਘੱਟ 20 ਜਾਣੇ ਸੀ। ਆ ਸਾਨੂੰ ਇੱਕ ਪਹਿਲਾਂ ਵਿਖਾਇਆ, ਪਤਾ ਨਹੀਂ ਕਿੱਥੋਂ ਦਾ, ਹਫਸੀ ਜਾਂ ਅਫਰੀਕਾ ਦਾ, ਇੱਕ ਤਾਂ ਉਹ ਲਈ ਫਿਰਦਾ ਨਾ, ਉਹਦੀ ਸਾਨੂੰ ਬੋਲੀ ਸਮਝ ਆਉਂਦੀ ਆ, ਨਾ ਉਹਨੂੰ ਕੋਈ ਰੋਟੀ ਪਾਣੀ ਦਾ ਕਹਿੰਦੇ, ਉਹ ਕੰਜਰ ਅੱਗੋਂ ਮਾਰਦਾ ਫਿਰ ਚੁੱਪ ਕਰੇ ਤੁਰ ਪੈਂਦੇ। ਬਾਹਲਾ ਮੰਦਾ ਹਾਲ ਆ, ਕਈ ਵਿੱਚ ਤਾਂ ਲਾਸ਼ਾਂ ਤੁਰੀਆਂ ਫਿਰਦੀਆਂ, ਅੱਗੇ ਜੰਗਲੀ ਜਾਨਵਰ ਆ, ਪਤਾ ਨਹੀਂ ਲੱਗਦਾ ਕੀ ਹੁੰਦਾ ਪਿਆ ਕੀ ਨਹੀਂ, ਇਹਦੇ ਪਤਾ ਨਹੀਂ ਸਾਨੂੰ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ, ਨਾ ਉਸ ਮੂੰਹ ਸਿਰ ਦੇਖਦਾ। ਸਾਨੂੰ ਨਾ ਇੱਕ ਵੀਰੇ ਡੌਂਕਰ ਸੀ ਜਿਹੜੇ ਮਤਲਬ ਲੀਡ ਕਰਦੇ ਨੇ, ਉਹ ਸਾਨੂੰ 2 ਜਣੇ ਸੀ, ਉਹ ਇੱਥੇ ਲੜ ਲੁੜ ਪਿਆ ਸਾਡੇ ਕਿਸੇ ਮੁੰਡੇ ਨਾਲ, ਉਹ ਅੱਗੇ ਨੂੰ ਭੱਜ ਗਏ ਆ, ਉਹ 2 ਜਣੇ ਸਾਡੇ ਨਾਲ ਦੇ ਉਹ ਬੈਠੇ ਆ ਵਿਚਾਰੇ, ਹਨਾ। ਤੇ ਹੁਣ ਸਾਨੂੰ ਪਤਾ ਨਹੀਂ ਲੱਗ ਰਿਹਾ ਅਸੀਂ ਜੰਗਲ ਦੇ ਵਿੱਚ ਆ, ਤੇ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਜਾਣਾ। ਤੇ ਤੁਸੀਂ ਵੀਰ ਜੀ ਕਿੰਨੇ ਪੈਸੇ ਦਿੱਤੇ ਸੀ? 33 ਲੱਖ ਰੁਪਇਆ ਜੀ, ਹਰਿਆਣੇ ਚੋਂ। ਤੇ ਆਹ ਦੋ ਮੇਰੇ ਵੀਰ ਹਰਿਆਣੇ ਚੋਂ ਆਏ ਹੋਏ ਨੇ, ਉਹ ਪਰ ਕਰਨਾਲ ਦੇ ਵਿੱਚੋਂ ਆ, ਆਹ ਅੰਬਾਲੇ ਤੋਂ ਆ, ਆਹ ਮੂੰਹ ਸੁੱਟ ਕੇ ਬੈਠਾ ਹੈ, ਤਾਂ ਪਰਿਵਾਰ ਵੀ ਪਿੱਛੇ ਪਤਾ ਨਹੀਂ ਰਹਿ ਗਿਆ, ਤਾਂ ਬਾਹਲਾ ਮੰਦਾ ਵਾਲਾ ਰੋਈ ਜਾਂਦਾ, ਬੁਰਾ ਪਹੁੰਚਣਾ ਕਿ ਨਹੀਂ ਪਹੁੰਚਣਾ, ਕੀ ਹਾਲ ਹੋਇਆ ਪਿਆ ਇਹਨਾਂ ਦਾ? ਇਹ ਕੱਲਾ ਕੱਲਾ ਹੀ ਵਿਚਾਰਾ, ਤੇ 33-34 ਲੱਖ ਰੁਪਇਆ ਇਹਨੇ ਲਾਇਆ, ਪਿਓ ਵੀ ਇਹਦਾ ਸਿਰ 'ਚ ਨਹੀਂ, ਪਿੱਛੇ ਡੈਥ ਹੋਈ ਆ। ਤੇ ਕਿਉਂਕਿ ਹਰ ਇੱਕ ਨੂੰ ਹੁੰਦਾ ਯਾਰ ਵੀ ਅਸੀਂ ਜ਼ਿੰਦਗੀ 'ਚ ਅੱਗੇ ਵਧੀਏ, ਹੈ ਨਾ, 4 ਪੈਸੇ ਕਮਾਈਏ, ਤੇ ਬਸ ਇਹਨੂੰ ਨਹੀਂ ਪਤਾ ਸੀ ਵਿਚਾਰੇ ਨੂੰ ਵੀ ਇਹਨੇ ਸਾਨੂੰ ਇੱਦਾਂ ਜੰਗਲਾਂ 'ਚ ਧੱਕੇ ਖਾਣੇ ਪੈਣੇ ਆ, ਕਿਉਂਕਿ ਏਜੰਟੋ ਤੋਂ ਕਹਿੰਦੇ ਹੋਰ ਆ, ਤੇ ਬਾਅਦ 'ਚ ਕਰਦੇ ਕੁਛ ਹੋਰ ਆ, ਹੈ ਨਾ। ਬਸ ਬਸ ਕੋਈ ਨਹੀਂ ਵੀਰੇ, ਜੋ ਹੋ ਗਿਆ ਕੋਈ ਨਹੀਂ। ਉਹ 2 ਜਣੇ ਉਹ ਬੈਠੇ, ਇੱਕ ਤੇ ਚੱਲ ਅਸੀਂ ਤੇ ਸਾਡੀ 30-32 ਸਾਲ ਉਮਰ ਆ, ਉਹ ਇੱਕ ਸਾਡੇ 'ਚ ਬਜ਼ੁਰਗ ਆ 50-60 ਸਾਲ ਦਾ, ਉਹ ਵਿਚਾਰਾ ਬਾਪੂ ਪਤਾ ਨਹੀਂ ਕੀ ਸੋਚ ਕੇ, ਹਨਾ, ਵੀ ਘਰੋਂ ਕਿੰਨਾ ਕੁ ਦੁਖੀ ਹੋਊਗਾ ਵਿਚਾਰਾ। ਪੈਸੇ ਵੀ ਸਾਰੇ ਸਾਡੇ ਤੋਂ ਪਹਿਲਾਂ ਲੈ ਲਿਆ, ਉਹਦਾ ਖਾਣ ਪੀਣ ਜੋਗੇ ਪੈਸੇ ਵੀ ਹੈਗਾ, ਪਤਾ ਨਹੀਂ ਕਿਹੜੇ ਪਾਸੇ ਨੂੰ ਜਾਣਾ, ਕੀ ਕਰਨਾ, ਨਾ ਕੋਈ ਭਾਸ਼ਾ ਦਾ ਪਤਾ, ਨਾ ਕੋਈ ਰਸਤੇ ਦਾ ਪਤਾ, ਪਤਾ ਨਹੀਂ ਸਿਰੇ ਲੱਗਣਾ ਇਹਦੇ ਨਾਲ, ਦੱਸੋ ਪਿੱਛੇ ਮੁੜ ਜਾਈਏ, ਸਾਨੂੰ ਕੋਈ ਪਛਾਣ ਲਿਜਾਣ ਵਾਲਾ ਹੋਵੇ ਬੰਦਾ ਤੇ। ਸਹੀ ਗੱਲ। ਚਲੋ ਆਪਾਂ ਤੇ ਯਾਰ ਮੁੰਡੇ ਆ, ਨੌਜਵਾਨ, 1-2 ਵਿੱਚ ਬੀਬੀਆਂ ਵੀ ਸੀ, ਤੇ ਉਹਨਾਂ ਨਾਲ ਕੁਛ ਗਲਤ ਵੀ ਹੋਇਆ ਸੀ, ਜਿਹੜੇ ਇੱਥੋਂ ਦੇ ਲੋਕਲ ਡੌਂਕਰ ਆ ਨਾ, ਜਿਹੜੇ ਮੰਨ ਲਓ ਛੱਡ ਕੇ ਆਉਂਦੇ ਅੱਗੇ, ਹੈ ਨਾ, ਤੇ ਉਹ ਸਾਲੇ ਉਹਨਾਂ ਨਾਲ ਉਹਨਾਂ ਗਲਤ ਵੀ ਕੀਤਾ ਮਤਲਬ, ਹੈ ਨਾ। ਤੇ ਜੇ ਅਸੋ ਅੱਗਿਓਂ ਅਸੀਂ ਮਤਲਬ ਬੋਲਦੇ ਤੇ ਉਹ ਸਾਨੂੰ ਮਤਲਬ ਮਾਰਨ ਪੈਂਦੇ ਸੀ, ਹੈ ਨਾ, ਤਾਂ ਕਰਕੇ ਅਸੀਂ ਭਰਾਵਾ ਚੁੱਪ ਰਹੇ ਹਾਂ। ਤੇ ਚਲੋ ਦੇਖਦੇ ਹਾਂ ਫਿਰ ਕੀ ਹੁੰਦਾ, ਹੋਰ ਕੁਛ ਬੋਲਣਾ ਵੀਰੇ? ਬੋਲਣ ਜੋਗੇ ਰਹੀ ਕੁਛ ਨਹੀਂ, ਬੋਲਣਾ ਕੀ ਹੈ, ਅਸੀਂ ਤਾਂ ਭੁੱਲ ਕੇ ਕਹਿਣਾ, ਭੁੱਲ ਕੇ ਵੀ ਨਾ, ਅਮੈਰੀਕਾ ਦੇ ਰਾਹੀਂ ਅੱਡੋਂ ਕੀੜਾ ਕੀੜਾ ਜਾਂ ਜੰਗਲਾਂ ਵੇਚਦੀ, ਕਹਿ ਜਾਣਾ ਕੋਈ 100 ਏਜੰਟ ਕਹਿੰਦੇ ਤੈਨੂੰ ਮੈਕਸੀਕੋ ਸਿੱਧਾ ਫਲਾਈਟ ਰਾਹੀਂ ਪਹੁੰਚਾ, ਕੋਈ ਨਹੀਂ ਪਹੁੰਚਾਉਂਦੇ, ਜਿਸ ਤਰ੍ਹਾਂ ਭੇਜਦੇ ਜੀ। ਉਦੋਂ ਕਹਿੰਦੇ ਕੁਛ ਹੋਰ ਆ, ਕਹਿੰਦੇ ਕੁਛ ਹੋਰ ਆ, ਕਰਦੇ ਕੁਛ ਹੋਰ ਹੈ। ਹਾਂ ਉਦੋਂ ਕਹਿੰਦੇ ਕੁਛ ਹੋਰ, ਰੋਜ਼ ਨਾਲ ਜੰਗਲਾਂ 'ਚ ਤੁਰੇ ਫਿਰਦਾ ਨੂੰ ਬੜਾ ਬੰਦਾ ਹਾਲ ਆ। ਪਾਣੀ ਪੂਣੀ ਪੀਣ ਨੂੰ ਹੈਗਾ ਵੀਰੇ ਕਿ ਨਹੀਂ? ਕੋਈ ਨਹੀਂ, 4-4-5-5 ਦਿਨ ਕਿਤੇ ਮਾੜਾ ਮੋਟਾ ਇਸ਼ਾਰੇ ਨਾਲ ਸਮਝਾਉਣੇ, ਕਈ ਅੱਗੋਂ ਮਾਰਦੇ ਆ, ਕੀ ਕਰੀਏ, ਕੀ ਦੱਸੀ ਉਹਨਾਂ, ਕੀ ਕਹੀਏ ਹੁਣ, ਦੱਸੋ। ਚਲੋ ਹੁਣ ਫਿਰ ਕੀ ਕਰੀਏ? ਹਾਂ ਚਲੋ ਉੱਠੋ, ਕਿਸੇ ਪਾਸੇ ਤਾਂ ਲੱਗੀ ਹੈ, ਕੋਈ ਪਾਣੀ ਪੂਣੀ ਵਾਲਾ ਏਰੀਆ ਵੇਖ ਲਈਏ, ਕਿਤੇ ਪਾਣੀ ਪੂਣੀ ਵਾਲਾ ਰੱਖ ਮੇਰਾ ਵੀ ਕੋਈ ਨਹੀਂ ਲੱਗਦੇ, ਕੋਈ ਤਣ ਪੱਤਾ ਲਾ ਦੇ, ਕੰਮ ਚੁੱਪ ਕਰ ਵੀਰੇ, ਕਾਲਾ ਬੰਦਾ ਅੱਗੇ ਅਰਦਾਸ ਕਰਦੇ ਆ ਮਹਾਰਾਜ ਅੱਗੇ। ਚੁੱਪ ਕਰ, ਚੁੱਪ ਕਰ ਯਾਰ, ਰੋਣ ਦਾ ਰੋਇਆਂ ਕੋ ਹੱਲ ਤੇ ਹੋਣਾ ਨਹੀਂ, ਹੱਲ ਨਹੀਂ ਹੋਣਾ ਕੋਈ ਵੀ, ਹੈਨਾ। ਹਾਂ ਤੇ ਕਿੱਥੇ ਆਪਣੀਆਂ ਫੜੋ ਕਿੱਟਾਂ ਯਾਰ। ਚਲੋ ਠੀਕ ਆ ਵੀਰੇ, ਦੇਖਦੇ ਆ ਜੇ ਜਿਉਂਦੇ ਰਹੇ ਤਾਂ ਵੀਡੀਓ ਪਾ ਦਾਂਗੇ, ਪਹੁੰਚ ਗਏ ਅੱਗੇ ਜਾਂ ਪਿੱਛੇ। ਠੀਕ ਆ ਵੀਰੇ, ਧੰਨਵਾਦ।